ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਵਾਸੀਓ, ਆਪਣੇ ਪਿੰਡ ਚ ਕਾਲੇ ਕੱਛਿਆਂ ਵਾਲੇ ਆ ਗਏ ਭਾਈ ਓਏ, ਅੱਜ ਸੁੱਕੇ ਨਹੀਂ ਜਾਣੇ ਚਾਹੀਦੇ। ਵੇ ਉੱਠ ਖੜ ਵੇ, ਪਿੰਡ ਚ ਕਾਲੇ ਕੱਛਿਆਂ ਵਾਲੇ ਆ ਗਏ। ਓਏ ਕਾਲੇ ਕੱਛਿਆਂ ਵਾਲੇ, ਓਏ ਓਏ, ਆ ਡੈਣ ਨੂੰ ਬੋਰੀ ਚ ਪਾ ਕੇ ਲੈ ਜਾਓ। ਓਏ ਦੇਖ ਕਾਕੇ, ਤੂੰ ਸਾਡੇ ਵਿੱਚ ਨਾ ਆ, ਜੇ ਆ ਗਿਆ ਤਾਂ ਫਿਰ ਕੀ ਕਰੇਗਾ? ਫਿਰ ਤੇਰੇ ਕਾਕਾ ਜੀ ਵਾਲੀ ਜੀ ਧੂੜ ਚ ਲਪੇੜਨ ਨੂੰ ਮਿੰਟ ਨਹੀਂ ਲੱਗਣਾ। ਰਾਤ ਹੀ ਸਨੀ ਦਿਓਲ ਦੀ ਘਾਤਕ ਦੇਖੀ ਆ, ਦਿਮਾਗ ਤੇ ਚੜਿਆ ਪਿਆ, ਵਿਚਾਲਿਓਂ ਪਾੜ ਦੂੰ। ਨਮਸਕਾਰ ਭਰਜਾਈ, ਕੀ ਹਾਲ ਹੈ ਬੰਤਿਆ ਤੇਰਾ? ਹਾਲ ਤਾਂ ਮਾੜੇ ਹੀ ਹੈ ਭਰਜਾਈ। ਨਾ ਹੁਣ ਤੈਨੂੰ ਕੀ ਹੋ ਗਿਆ? ਫੁਲਕਾ ਨਹੀਂ ਪੱਕਦਾ ਭਰਜਾਈ। ਉਹ ਤੂੰ ਮਾਰ ਨਾ ਬਣਾ ਲਈ। ਤੈਨੂੰ ਖਾਨਦਾਨ ਦੀ ਸਰਦਾਰੀ ਦਾ ਕੋਈ ਖਿਆਲ ਤਾਂ ਹੈ ਨਹੀਂ? ਪਰ ਅੱਜ ਕਰ ਲਈ ਅਵਤਾਰ ਸਿੰਘ। ਮੈਂ ਤੇਰੇ ਜਿੰਨੀਆਂ ਕਿਤਾਬਾਂ ਤੂੰ ਬਾਅਦ ਪੜ੍ਹੀਆਂ ਨਹੀਂ, ਤੇ ਨਾ ਹੀ ਮੈਨੂੰ ਸ਼ੇਕਸਪੀਅਰ, ਹਾਂ ਇਹਦੇ ਬਾਰੇ ਪਤਾ ਤੇਰੇ ਬਾਈ ਨੂੰ? ਮੈਂ ਅਜਿਹਾ ਬੰਦਾ ਹੈ ਨਹੀਂ। ਉਹ ਮੈਨੂੰ ਕੁੜੀ ਨਾਲ ਹੋਇਆ। ਅੱਛਾ, ਹਾਂ ਲਿਆ ਫਿਰ ਦੁਕਾਨ ਤੇ। ਓਏ ਰੂਹ ਵਾਲਾ, ਛੁੱਟੀਆਂ ਪੈ ਗਈਆਂ ਨੇ, ਮੈਂ ਤਾਂ ਮਿਲਣਾ ਆਇਆ ਕਰੂੰ ਰਾਤ ਨੂੰ। ਸਾਡੇ ਪਿੰਡ ਪਹਿਰਾ ਲੱਗਦਾ, ਕਾਲੇ ਕੱਛਿਆਂ ਵਾਲੇ ਆਉਂਦੇ ਨੇ। ਉਹ ਆਸ਼ਕਾਂ ਨੂੰ ਤਾਂ ਰੱਬ ਵੀ ਨਹੀਂ ਰੋਕ ਸਕਦਾ। ਬਾਹਰ ਜਿਹੜਾ ਮੁੰਡਾ ਆਇਆ, ਤੇਰੀ ਕੋਈ ਗੱਲਬਾਤ ਹੈ ਉਹਦੇ ਨਾਲ? ਹਾਂ ਮੰਮੀ। ਜੇ ਕੱਲ ਨੂੰ ਕੁੜੀ ਲਫੰਗੇ ਨਾਲ ਨੇਰੀ ਹੋ ਗਈ, ਤੂੰ ਕੀ ਕਰ ਲੇਗਾ? ਦੋਹਾਂ ਦਾ ਵਿਆਹ ਕਰਕੇ ਤਫਾ ਕਰੋ ਦੋਨਾਂ ਨੂੰ। ਬੀਬੀ ਤੈਨੂੰ ਧੋਖਾ ਦੇ ਗਈ, ਹੁਣ ਮੈਂ ਤਾਂ ਕਹਿੰਦੀ ਆ ਆਪਾਂ ਵੀ ਉਹਨਾਂ ਨੂੰ ਧੋਖਾ ਦੇ ਦਈਏ। ਬੀਬੀ ਮੈਂ ਗੱਲ ਕਰਨੀ ਆ ਤੇਰੇ ਨਾਲ। ਐਨੇ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ। ਤੈਨੂੰ ਕਿਸੇ ਕੁੜੀ ਦਾ ਘਾਟ ਹੈ ਯਾਰ, ਚੱਕ ਬੁਲਟ ਮਾਰ ਸ਼ਹਿਰ ਚ ਕਿਹੜੀ। ਹੁਣ ਤਾਂ ਯਾਰ ਬੁਲਟ ਦੀ ਸੀਟ ਕਣੀ ਦੇਖਣ ਨੂੰ ਵੀ ਜੀ ਨਹੀਂ ਕਰਦਾ, ਉਸੇ ਤੇ ਤਾਂ ਬਹਿੰਦੀ ਸੀ ਉਹ। ਆਪਾਂ ਸੀਟ ਹੀ ਬਦਲਾ ਦਾਂਗੇ ਬੁਲਟ ਦੀ। ਉਹਦੇ ਦਿਲ ਨੇ ਜੋ ਕਿਹਾ ਉਹਨੇ ਕਰ ਲਿਆ, ਪਰ ਬਾਈ ਇੱਕ ਸਵਾਲ ਹੈ ਜਿਹਦਾ ਜਵਾਬ ਲੈਣਾ। ਤੂੰ ਆਪਦਾ ਇਰਾਦਾ ਪੱਕਾ ਕਰ, ਉਹਦੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ। ਯਾਰੀ ਚ ਗੱਦਾਰੀ ਤੇ ਇਸ਼ਕ ਚ ਧੋਖਾ। ਪਾਉਣਾ ਤੂੰ ਹੈਂ ਕਲਾਕਾਰ ਬੰਦਾ, ਕੀ ਗੱਲ ਹੋ ਗਈ ਬਾਈ? ਕਾਲੇ ਕੱਛੇ ਵਾਲਾ ਨਾ ਸੌਣ ਲੱਗੇ ਵੀਰੇ, ਕੌਣ ਕਹਿੰਦਾ ਕਾਲੇ ਕੱਛੇ ਵਾਲਾ? ਆਹ ਦੇਖ ਲੈ ਯਾਰ, ਮੇਰਾ ਤਾਂ ਕੱਛਾ ਵੀ ਲਾਲ ਪਾਇਆ ਹੋਇਆ ਬਾਈ। ਤੈਨੂੰ